ਆ ਵੇਖੋ ਕਿਵੇਂ ਤੇਜ਼ ਹਵਾਵਾਂ 'ਚ ਉਖੜ ਗਏ ਬਿਜਲੀ ਦੇ ਖੰਭੇ, ਡਿੱਗੇ ਸੜਕ ਤੇ ਜਾਂਦੇ ਵਾਹਨਾਂ ਦੇ ਉੱਤੇ। ਤਾਂ ਦੱਸ ਦੇ ਕਿ ਤੇਜ਼ ਮੀਂਹ ਅਤੇ ਗੜੇਮਾਰੀ ਦੀਆਂ ਤਸਵੀਰਾਂ ਪੂਰੇ ਪੰਜਾਬ ਤੋਂ ਸਾਹਮਣੇ ਆ ਰਹੀਆਂ ਨੇ। ਤਾਂ ਇਹ ਤਸਵੀਰਾਂ ਵੇਖੋ, ਇੱਥੇ ਮੀਂਹ ਦੇ ਨਾਲ ਤੇਜ਼ ਹਨੇਰੀ ਵੀ ਚੱਲੀ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਇਆ। ਤਾਂ ਤਸਵੀਰਾਂ 'ਚ ਵੇਖੋ ਕਿਵੇਂ ਸੜਕ ਤੇ ਜਾ ਰਹੀ ਬੱਸ ਅਤੇ ਟਰੈਕਟਰ ਦੇ ਉੱਤੇ ਇਹ ਬਿਜਲੀ ਦੇ ਖੰਭੇ ਡਿੱਗ ਜਾਂਦੇ ਨੇ, ਜਦਕਿ ਦੂਸਰੇ ਪਾਸੇ ਟਰਾਂਸਫਾਰਮਰ ਵੀ ਦੇਖ ਸਕਦੇ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਤਾਂ ਤੇਜ਼ ਹਵਾਵਾਂ ਚੱਲੀਆਂ ਨੇ ਮੀਂਹ ਦੇ ਨਾਲ, ਜਿੱਥੇ ਵੱਡਾ ਮਾਲੀ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਤਸਵੀਰਾਂ ਜੈਤੋ ਤੋਂ ਸਾਹਮਣੇ ਆਈਆਂ ਨੇ, ਅਤੇ ਜਾਣਕਾਰੀ ਅਨੁਸਾਰ ਅੱਜ ਇੱਥੇ ਤਕਰੀਬਨ 2:30 ਵਜੇ ਦੇ ਕਰੀਬ ਇਹ ਤੇਜ਼ ਮੀਂਹ ਅਤੇ ਗੜੇਮਾਰੀ ਹੋਈ। ਤਾਂ ਕੋਟਕਪੂਰਾ ਰੋਡ ਦੇ ਉੱਤੇ ਪ੍ਰਾਈਵੇਟ ਬੱਸ ਅਤੇ ਇੱਕ ਟਰੈਕਟਰ, ਜਿਸ ਦੇ ਉੱਤੇ 4 ਵਿਅਕਤੀ ਸਵਾਰ ਸੀ, ਤਾਂ ਉਹਨਾਂ ਦੇ ਉੱਤੇ ਇਹ ਬਿਜਲੀ ਡਿੱਗੀ ਹੈ, ਜਿਸ ਕਾਰਨ ਵੱਡਾ ਮਾਲੀ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਿਸ ਕਾਰਨ ਮੌਕੇ ਤੇ ਵੱਡਾ ਜਾਮ ਵੀ ਲੱਗ ਗਿਆ। ਤਾਂ ਪੁਲਿਸ ਦੇ ਵੱਲੋਂ ਜਾਮ ਨੂੰ ਖੁਲਵਾ ਕੇ ਰੋਡ ਦੁਬਾਰਾ ਚਲਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਨਾਲ ਕਿੰਨਾ ਨੁਕਸਾਨ ਹੋਇਆ। ਆ ਵੇਖੋ ਕਿਵੇਂ ਤੇਜ਼ ਹਵਾਵਾਂ 'ਚ ਉਖੜ ਗਏ ਬਿਜਲੀ ਦੇ ਖੰਭੇ, ਡਿੱਗੇ ਸੜਕ ਤੇ ਜਾਂਦੇ ਵਾਹਨਾਂ ਦੇ ਉੱਤੇ। ਤਾਂ ਦੱਸ ਦਈਏ ਕਿ ਤੇਜ਼ ਮੀਂਹ ਅਤੇ ਗੜੇਮਾਰੀ ਦੀਆਂ ਤਸਵੀਰਾਂ ਪੂਰੇ ਪੰਜਾਬ ਤੋਂ ਸਾਹਮਣੇ ਆ ਰਹੀਆਂ ਨੇ। ਤਾਂ ਇਹ ਤਸਵੀਰਾਂ ਵੇਖੋ, ਇੱਥੇ ਮੀਂਹ ਦੇ ਨਾਲ ਤੇਜ਼ ਹਨੇਰੀ ਵੀ ਚੱਲੀ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਇਆ। ਤਾਂ ਤਸਵੀਰਾਂ 'ਚ ਵੇਖੋ ਕਿਵੇਂ ਸੜਕ ਤੇ ਜਾ ਰਹੀ ਬੱਸ ਅਤੇ ਟਰੈਕਟਰ ਦੇ ਉੱਤੇ ਇਹ ਬਿਜਲੀ ਦੇ ਖੰਭੇ ਡਿੱਗ ਜਾਂਦੇ ਨੇ, ਜਦਕਿ ਦੂਸਰੇ ਪਾਸੇ ਟਰਾਂਸਫਾਰਮਰ ਵੀ ਦੇਖ ਸਕਦੇ ਹੋ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਤਾਂ ਤੇਜ਼ ਹਵਾਵਾਂ ਚੱਲੀਆਂ ਨੇ ਮੀਂਹ ਦੇ ਨਾਲ, ਜਿੱਥੇ ਵੱਡਾ ਮਾਲੀ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਤਸਵੀਰਾਂ ਜੈਤੋ ਤੋਂ ਸਾਹਮਣੇ ਆਈਆਂ ਨੇ, ਅਤੇ ਜਾਣਕਾਰੀ ਅਨੁਸਾਰ ਅੱਜ ਇੱਥੇ ਤਕਰੀਬਨ 2:30 ਵਜੇ ਦੇ ਕਰੀਬ ਇਹ ਤੇਜ਼ ਮੀਂਹ ਅਤੇ ਗੜੇਮਾਰੀ ਹੋਈ। ਤਾਂ ਕੋਟਕਪੂਰਾ ਰੋਡ ਦੇ ਉੱਤੇ ਪ੍ਰਾਈਵੇਟ ਬੱਸ ਅਤੇ ਇੱਕ ਟਰੈਕਟਰ, ਜਿਸ ਦੇ ਉੱਤੇ 4 ਵਿਅਕਤੀ ਸਵਾਰ ਸੀ, ਤਾਂ ਉਹਨਾਂ ਦੇ ਉੱਤੇ ਇਹ ਬਿਜਲੀ ਡਿੱਗੀ ਹੈ, ਜਿਸ ਕਾਰਨ ਵੱਡਾ ਮਾਲੀ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਿਸ ਕਾਰਨ ਮੌਕੇ ਤੇ ਵੱਡਾ ਜਾਮ ਵੀ ਲੱਗ ਗਿਆ। ਤਾਂ ਪੁਲਿਸ ਦੇ ਵੱਲੋਂ ਜਾਮ ਨੂੰ ਖੁਲਵਾ ਕੇ ਰੋਡ ਦੁਬਾਰਾ ਚਲਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਨਾਲ ਕਿੰਨਾ ਨੁਕਸਾਨ ਹੋਇਆ। ਆ ਵੇਖੋ ਕਿਵੇਂ ਤੇਜ਼ ਹਵਾਵਾਂ 'ਚ ਉਖੜ ਗਏ ਬਿਜਲੀ ਦੇ ਖੰਭੇ, ਡਿੱਗੇ ਸੜਕ ਤੇ ਜਾਂਦੇ ਵਾਹਨਾਂ ਦੇ ਉੱਤੇ। ਤਾਂ ਦੱਸ ਦਈਏ ਕਿ ਤੇਜ਼ ਮੀਂਹ ਅਤੇ ਗੜੇਮਾਰੀ ਦੀਆਂ ਤਸਵੀਰਾਂ ਪੂਰੇ ਪੰਜਾਬ ਤੋਂ ਸਾਹਮਣੇ ਆ ਰਹੀਆਂ ਨੇ। ਤਾਂ ਇਹ ਤਸਵੀਰਾਂ ਵੇਖੋ, ਇੱਥੇ ਮੀਂਹ ਦੇ ਨਾਲ ਤੇਜ਼ ਹਨੇਰੀ ਵੀ ਚੱਲੀ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਇਆ। ਤਾਂ ਤਸਵੀਰਾਂ 'ਚ ਵੇਖੋ ਕਿਵੇਂ ਸੜਕ ਤੇ ਜਾ ਰਹੀ ਬੱਸ ਅਤੇ ਟਰੈਕਟਰ ਦੇ ਉੱਤੇ ਇਹ ਬਿਜਲੀ ਦੇ ਖੰਭੇ ਡਿੱਗ ਜਾਂਦੇ ਨੇ, ਜਦਕਿ ਦੂਸਰੇ ਪਾਸੇ ਟਰਾਂਸਫਾਰਮਰ ਵੀ ਦੇਖ ਸਕਦੇ ਹੋ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਤਾਂ ਤੇਜ਼ ਹਵਾਵਾਂ ਚੱਲੀਆਂ ਨੇ ਮੀਂਹ ਦੇ ਨਾਲ, ਜਿੱਥੇ ਵੱਡਾ ਮਾਲੀ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਤਸਵੀਰਾਂ ਜੈਤੋ ਤੋਂ ਸਾਹਮਣੇ ਆਈਆਂ ਨੇ, ਅਤੇ ਜਾਣਕਾਰੀ ਅਨੁਸਾਰ ਅੱਜ ਇੱਥੇ ਤਕਰੀਬਨ 2:30 ਵਜੇ ਦੇ ਕਰੀਬ ਇਹ ਤੇਜ਼ ਮੀਂਹ ਅਤੇ ਗੜੇਮਾਰੀ ਹੋਈ। ਤਾਂ ਕੋਟਕਪੂਰਾ ਰੋਡ ਦੇ ਉੱਤੇ ਪ੍ਰਾਈਵੇਟ ਬੱਸ ਅਤੇ ਇੱਕ ਟਰੈਕਟਰ, ਜਿਸ ਦੇ ਉੱਤੇ 4 ਵਿਅਕਤੀ ਸਵਾਰ ਸੀ, ਤਾਂ ਉਹਨਾਂ ਦੇ ਉੱਤੇ ਇਹ ਬਿਜਲੀ ਡਿੱਗੀ ਹੈ, ਜਿਸ ਕਾਰਨ ਵੱਡਾ ਮਾਲੀ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਿਸ ਕਾਰਨ ਮੌਕੇ ਤੇ ਵੱਡਾ ਜਾਮ ਵੀ ਲੱਗ ਗਿਆ। ਤਾਂ ਪੁਲਿਸ ਦੇ ਵੱਲੋਂ ਜਾਮ ਨੂੰ ਖੁਲਵਾ ਕੇ ਰੋਡ ਦੁਬਾਰਾ ਚਲਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਨਾਲ ਕਿੰਨਾ ਨੁਕਸਾਨ ਹੋਇਆ।